ਮਈ 1890 ਚ ਓਕਲਾਹੋਮਾ ਟੈਰੀਟਰੀ ਹੋਂਦ ਵਿਚ ਆਈ ਅਤੇ 16 ਨਵੰਬਰ 1907 ਤੱਕ ਓਕਲਾਹੋਮਾ ਤੇ ਇੰਡੀਅਨ ਟੈਰੀਟਰੀ ਇਕੱਠੇ ਹੋ ਕੇ ਸਟੇਟ ਆਫ ਓਕਲਾਹੋਮਾ ਚ ਤਬਦੀਲ ਹੋ ਗਈ। ਅੱਜ ਦੇ ਹੀ ਦਿਨ 1921 ਚ ਵਿਸ਼ਵ ਪ੍ਰਸਿੱਧ ਫਿਲਮ ਨਿਰਮਾਤਾ ਸੱਤਿਆਜੀਤ ਰੇ ਦਾ ਜਨਮ ਕੋਲਕਾਤਾ ਵਿਖੇ ਹੋਇਆ। ਸੱਤਿਆਜੀਤ ਨੇ ਫਿਲਮ ਨਿਰਮਾਤਾ ਦੇ ਤੌਰ ਤੇ ਆਪਣੇ ਕਰੀਅਰ ਦੀ ਸ਼ੁਰੂਆਤ 1955 ਚ ਪਥੇਰ ਪਾਂਚਾਲੀ ਫਿਲਮ ਰਾਹੀਂ ਕੀਤੀ। ਸਾਲ 1952 ਚ ਅੱਜ ਦੇ ਹੀ ਦਿਨ ਪਹਿਲੇ ਯਾਤਰੀ ਹਵਾਈ ਜਹਾਜ਼ ਨੇ ਲੰਡਨ ਤੋਂ ਜੌਨਸਬਰਗ ਤੱਕ ਉਡਾਨ ਭਰੀ। ਇਹ ਜਹਾਜ਼ ਬ੍ਰਿਟਿਸ਼ ਓਵਰਸੀਜ਼ ਏਅਰਵੇਜ਼ ਕਾਰਪੋਰੇਸ਼ਨ ਦਾ ਪਹਿਲਾ ਯਾਤਰੀ ਜੈੱਟ ਹਵਾਈ ਜਹਾਜ਼ ਸੀ ਜਿਸ ਨੇ ਲੰਡਨ ਤੋਂ ਜੌਨਸਬਰਗ ਤੱਕ 18 ਘੰਟੇ ਦਾ ਸਫ਼ਰ ਤੈਅ ਕੀਤਾ। ਇਸੇ ਹੀ ਦਿਨ 2008 ਚ ਯਮਨ ਦੇ ਸਡਾ ਸ਼ਹਿਰ ਦੀ ਮਸਜਿਦ ਚ ਇੱਕ ਬੰਬ ਧਮਾਕਾ ਹੋਇਆ ਜਿਸ ਚ 15 ਲੋਕਾਂ ਦੀ ਮੌਤ ਹੋ ਗਈ ਤੇ 55 ਲੋਕ ਜ਼ਖਮੀ ਹੋ ਗਏ ਸੀ।